ਹਾਂਜੀ ਦੋਸਤੋ, ਅੱਜ ਫਿਰ ਮੈਂ ਇੱਕ ਹੁਣ ਨਵਾਂ ਵਲੌਗ ਲੈ ਕੇ ਹਾਜ਼ਰ ਹੋਇਆ। ਸੋ ਅੱਜ ਜਿਹੜਾ ਆਪਣਾ ਟੌਪਿਕ ਹੈ ਉਹ ਹੈਗਾ ਕੈਨੇਡਾ ਅਲਬਰਟਾ ਦੇ ਵਿੱਚ ਲਾਇਸੈਂਸ ਲੈਣ ਦਾ। ਠੀਕ ਹੈ, ਸੋ ਲਾਇਸੈਂਸ ਇੱਥੇ ਸਿਰਫ ਇੱਕ ਤਰ੍ਹਾਂ ਦਾ ਨਹੀਂ ਹੁੰਦਾ, ਕਈ ਤਰ੍ਹਾਂ ਦੇ ਲਾਇਸੈਂਸ ਹੁੰਦੇ ਨੇ। ਲਾਈਕ ਇੱਕ ਤੋਂ ਲੈ ਕੇ 6 ਕੈਟਾਗਰੀਜ਼ ਹੁੰਦੀਆਂ ਨੇ, ਸੋਰੀ 7 ਕੈਟਾਗਰੀਜ਼ ਹੁੰਦੀਆਂ ਨੇ। ਸੋ ਅੱਜ ਆਪਾਂ ਉਹਨਾਂ ਸਾਰੀਆਂ ਕੈਟਾਗਰੀਜ਼ ਬਾਰੇ ਤੁਹਾਨੂੰ ਗੱਲਬਾਤ ਕਰਾਂਗੇ। ਸੋ ਸਾਰੀਆਂ ਨਹੀਂ, ਜਿਹੜੀਆਂ ਕਿ ਆਪਾਂ ਨੂੰ ਜ਼ਰੂਰਤ ਹੁੰਦੀ ਹੈ ਜਿਹੜੇ ਲਾਇਸੈਂਸ ਦੀ, ਆਪਾਂ ਉਹਨਾਂ ਬਾਰੇ ਹੀ ਗੱਲ ਕਰਾਂਗੇ। ਠੀਕ ਹੈ ਜੀ। ਸੋ ਇਹ ਜਿਹੜਾ ਅੱਜ ਦਾ ਟੌਪਿਕ ਮੇਨਲੀ ਹੈਗਾ, ਇਹ ਸਿਰਫ ਉਹਨਾਂ ਲੋਕਾਂ ਵਾਸਤੇ ਹੈ ਜਿਹੜੇ ਕੈਨੇਡਾ ਦੇ ਵਿੱਚ ਨਵੇਂ ਆਏ ਨੇ, ਆ ਚੁੱਕੇ ਨੇ, ਹੈ ਨਾ। ਫੋਰ ਐਗਜ਼ਾਮਪਲ ਸਟੂਡੈਂਟ ਹੋ ਗਏ ਜਾਂ ਨਵੇਂ ਵਰਕ ਪਰਮਿਟ 'ਤੇ ਜਿਹੜੇ ਆਏ ਨੇ ਉਹਨਾਂ ਵਾਸਤੇ ਆ। ਸੋ ਸਭ ਤੋਂ ਪਹਿਲਾਂ ਆਪਾਂ ਹੁਣ ਗੱਲ ਕਰਦੇ ਹਾਂ ਜਿਹੜਾ ਇੱਥੋਂ ਦਾ ਬੇਸਿਕ ਲਾਇਸੈਂਸ ਆ, ਜਿਹਨੂੰ ਆਪਾਂ ਬੋਲਦੇ ਹਾਂ ਲਰਨਰ ਲਾਇਸੈਂਸ। ਤਾਂ ਜਿਹੜਾ ਉਹਦਾ ਆਫੀਸ਼ਲੀ ਨਾਮ ਹੈਗਾ ਕਲਾਸ 7 ਲਰਨਰਸ ਲਾਇਸੈਂਸ। ਠੀਕ ਹੈ। ਸੋ ਕਲਾਸ 7 ਲਰਨਰਸ ਲਾਇਸੈਂਸ ਲੈਣ ਲਈ ਕੀ ਕੁਆਲੀਫਿਕੇਸ਼ਨ ਹੈਗੀਆਂ? ਪਹਿਲਾਂ ਤਾਂ ਹੈਗੀ ਵੀ ਤੁਹਾਨੂੰ ਘੱਟੋ ਘੱਟ 16 ਸਾਲ ਦੇ ਹੋਣਾ ਚਾਹੀਦਾ। ਠੀਕ ਹੈ, ਜਿਹੜੇ ਇੱਧਰਲੇ ਬੋਰਨ ਨੇ ਉਹਨਾਂ ਤਾਂ ਕੋਈ ਚੱਕਰ ਨਹੀਂ, ਉਹ ਤਾਂ ਹੁੰਦੇ ਹੀ ਨੇ, ਪਰ ਜਿਵੇਂ ਆਪਾਂ ਆਏ ਹਾਂ ਨਾ, ਆਪਾਂ ਨੂੰ ਵੀ ਪਹਿਲਾਂ ਬੇਸਿਕ ਲਾਇਸੈਂਸ ਹੀ ਲੈਣਾ ਪੈਂਦਾ। ਸੋ ਉਹਦਾ ਪ੍ਰੋਸੈਸ ਕੀ ਆ? ਸੋ ਸਭ ਤੋਂ ਪਹਿਲਾਂ ਤਾਂ ਕੀ ਆ, ਲਾਇਸੈਂਸ ਲੈਣ ਲਈ ਤੁਹਾਨੂੰ ਆਪਣਾ ਇੱਕ ਇੱਥੋਂ ਦਾ ਰੈਜ਼ੀਡੈਂਸ਼ੀਅਲ ਪਰੂਫ ਚਾਹੀਦਾ। ਸੋ ਉਹ ਰੈਜ਼ੀਡੈਂਸ਼ੀਅਲ ਪਰੂਫ ਤੁਸੀਂ ਕਿੱਥੋਂ ਲੈ ਸਕਦੇ ਹੋ? ਅਗਰ ਤੁਸੀਂ ਵਰਕ ਪਰਮਿਟ 'ਤੇ ਹੋ ਜਾਂ ਸਟੱਡੀ ਪਰਮਿਟ 'ਤੇ ਹੋ, ਤਾਂ ਤੁਸੀਂ ਆਪਣੀ ਬੈਂਕ ਕੋਲੋਂ ਜਾ ਕੇ ਆਪਣਾ ਇੱਕ ਲੈਟਰ ਲੈ ਲਓ। ਉਸ ਲੈਟਰ ਦੇ ਉੱਤੇ ਤੁਹਾਡਾ ਨਾਮ ਅਤੇ ਐਡਰੈਸ ਹੋਵੇਗਾ। ਉਦੋਂ ਲੈਣ ਤੋਂ ਬਾਅਦ ਕੀ ਹੈ, ਤੁਹਾਨੂੰ ਆਪਣੀ ਇੱਕ ਤਿਆਰੀ ਕਰਨੀ ਪੈਂਦੀ ਆ, ਟੈਸਟ ਦੀ, ਨੌਲੇਜ ਟੈਸਟ ਦੀ ਤਿਆਰੀ ਹੁੰਦੀ ਆ। ਉਹ ਤਿਆਰੀ ਜਿਹੜੀ ਹੁੰਦੀ ਆ ਉਹ ਤੁਸੀਂ ਲੈ ਸਕਦੇ ਹੋ ਜਾਂ ਤਾਂ ਕਿਤਾਬ ਖਰੀਦ ਕੇ। ਕਿਤਾਬ ਆ ਜਿਹੜੀ ਉਹ ਪੰਜਾਬੀ, ਇੰਗਲਿਸ਼ ਅਤੇ ਹਿੰਦੀ ਦੇ ਵਿੱਚ ਵੀ ਹੁੰਦੀ ਆ। ਅਤੇ ਸੈਕਿੰਡ ਆਪਸ਼ਨ ਹੈਗੀ ਆ, ਤੁਸੀਂ ਔਨਲਾਈਨ ਵੀ ਉਹਦੀ ਪ੍ਰੈਕਟਿਸ ਦੀ ਤਿਆਰੀ ਕਰ ਸਕਦੇ ਹੋ। ਸੋ ਔਨਲਾਈਨ ਕਿੱਦਾਂ, ਉੱਥੇ ਵੈਬਸਾਈਟ ਜਾਓ, ਅਲਬਰਟਾ ਡਰਾਈਵਰਸ ਲਾਇਸੈਂਸ ਨੌਲੇਜ ਟੈਸਟ, ਹੈ ਨਾ, ਉੱਥੇ ਨੌਲੇਜ ਟੈਸਟ ਨਿਕਲੇ ਹੋਣਗੇ। ਸੋ ਉਹ ਮਲਟੀਪਲ ਚੋਇਸ ਦੇ ਕੁਐਸਚਨ ਹੁੰਦੇ ਨੇ ਜਿਹੜੇ ਤੁਹਾਨੂੰ ਮਤਲਬ ਕਿ ਐਂਸਰ ਦੇਣੇ ਹੁੰਦੇ ਨੇ। ਸੋ ਟੈਸਟ ਦੀ ਪ੍ਰੈਕਟਿਸ ਕਰ ਕਰਕੇ ਤੁਸੀਂ ਆਪਣਾ ਜਿਹੜਾ ਟੈਸਟ ਉਹ ਪਾਸ ਕਰ ਸਕਦੇ ਹੋ। ਜਦੋਂ ਤੁਸੀਂ ਟੈਸਟ ਘਰ ਆਪਣਾ ਪਾਸ ਕਰਨ ਲੱਗੇ ਔਨਲਾਈਨ, ਠੀਕ ਆ, ਫਿਰ ਤੁਸੀਂ ਆਪਣਾ ਰੈਜ਼ੀਡੈਂਸ ਐਡਰੈਸ ਲੈ ਕੇ, ਪਰੂਫ ਲੈ ਕੇ ਉਹਦਾ ਰਜਿਸਟਰੀ ਆਫਿਸ ਜਾਣਾ ਗਾ। ਉੱਥੇ ਉਹਨਾਂ ਨੂੰ ਤੁਸੀਂ ਫੀਸ ਪੇ ਕਰਨੀ ਆ, ਆਲਮੋਸਟ $30 ਹੁੰਦੀ ਹੈ ਫੀਸ ਇਹਦੀ। ਸੋ $30 ਪੇ ਕਰਕੇ ਫਿਰ ਉਹ ਤੁਹਾਨੂੰ ਟੈਸਟ ਦੇ ਵਿੱਚ ਬਿਠਾਉਣਗੇ। ਅਗੇਨ ਇਹਦੇ ਵਿੱਚ ਤੁਹਾਨੂੰ ਟੈਸਟ ਦੇ ਵਿੱਚ ਕੀ ਆਊਗਾ, ਜਿਹੜਾ ਤੁਸੀਂ ਔਨਲਾਈਨ ਪ੍ਰੈਕਟਿਸ ਕਰੋਗੇ ਇਹ ਬਿਲਕੁਲ ਉਸੇ ਤਰ੍ਹਾਂ ਦਾ ਹੀ ਹੁੰਦਾ। 30 ਮਲਟੀਪਲ ਚੋਇਸ ਦੀ ਆਪਸ਼ਨਾਂ ਨੇ ਤੁਹਾਨੂੰ, ਹੈ ਨਾ। ਸੋ ਉਹਦੇ ਵਿੱਚ ਤੁਸੀਂ 4 ਆਪਸ਼ਨਾਂ ਹੁੰਦੀਆਂ ਨੇ, 4 'ਚ ਇੱਕ ਚੂਜ਼ ਕਰਨੇ ਜਿਹੜੇ ਤੁਹਾਨੂੰ ਸਹੀ ਲੱਗੇ। ਸੋ ਇਹ ਮਲਟੀਪਲ ਚੋਇਸ ਦੇ ਜਿਹੜੇ 30 ਕੁਐਸਚਨ ਨੇ, ਇਹਦਾ ਟੈਸਟ ਪਾਸ ਕਿਵੇਂ ਕਰਨਾ? ਸੋ ਟੈਸਟ ਪਾਸ ਕਰਨ ਲਈ ਤੁਹਾਨੂੰ 30 ਦੇ ਵਿੱਚੋਂ 26 ਕੁਐਸਚਨਾਂ ਦੇ ਰਾਈਟ ਆਨਸਰ ਦੇਣੇ ਪੈਂਦੇ ਆ। ਅਗਰ ਤੁਹਾਡੇ 26 ਦੇ 26 ਰਾਈਟ ਹੁੰਦੇ ਨੇ ਤਾਂ ਟੈਸਟ ਪਾਸ ਆ। ਅਗਰ ਇੱਕ ਵੀ ਘੱਟ ਗਿਆ, ਯਾਨੀ ਕਿ 25 ਪਾਸ ਹੋ ਗਏ, ਫਿਰ ਤੁਸੀਂ ਫੇਲ ਹੋ। ਅਤੇ ਹੁਣ ਜਦੋਂ ਮੰਨ ਲਓ ਤੁਸੀਂ ਟੈਸਟ ਪਾਸ ਕਰ ਲਿਆ, ਤਾਂ ਅੱਗੇ ਕੀ ਹੋਏਗਾ, ਟੈਸਟ ਪਾਸ ਕਰਕੇ ਤੁਹਾਡਾ ਅੱਖਾਂ ਦਾ ਟੈਸਟ ਹੋਏਗਾ। ਠੀਕ ਹੈ, ਅੱਖਾਂ ਦਾ ਟੈਸਟ ਹੋਣ ਤੋਂ ਬਾਅਦ ਜੇ ਤੁਸੀਂ ਨਿਗਾਹ ਤੁਹਾਡੀ ਸਹੀ ਹੈ, ਹੈ ਨਾ, ਅਤੇ ਤੁਹਾਨੂੰ ਲਾਇਸੈਂਸ ਰਾਈਟ ਵੀ ਉਹਨਾਂ ਨੂੰ ਦੇ ਦੇਣਾ। ਅਗਰ ਤੁਹਾਡੀ ਨਿਗਾਹ ਨਹੀਂ ਹੈਗੀ ਪ੍ਰੋਪਰ, ਹੈ ਨਾ, ਘੱਟ ਆ, ਗਲਾਸਿਸ ਲੱਗੀਆਂ, ਤਾਂ ਤੁਹਾਨੂੰ ਗਲਾਸਿਸ ਨਾਲ ਲੈ ਕੇ ਜਾਣਾ ਜ਼ਰੂਰੀ ਆ। ਅਗਰ ਤੁਹਾਡੇ ਗਲਾਸਿਸ ਨਹੀਂ ਹੋਣਗੇ ਤਾਂ ਉਹਨਾਂ ਨੇ ਤੁਹਾਨੂੰ ਵਾਪਸ ਭੇਜ ਦੇਣਾ ਵੀ ਤੁਸੀਂ ਅਗਲੇ ਦਿਨ ਆਓ ਗਲਾਸਿਸ ਲੈ ਕੇ, ਫਿਰ ਤੁਹਾਨੂੰ ਅਸੀਂ ਲਾਇਸੈਂਸ ਦੇਵਾਂਗੇ। ਸੋ ਇਹ ਸੀਗਾ ਪ੍ਰੋਸੈਸ ਕਲਾਸ ਬੇਸਿਕ ਦਾ, ਯਾਨੀ ਕਿ ਕਲਾਸ 7 ਲਰਨਸ ਡਰਾਈਵਰਸ ਲਾਇਸੈਂਸ ਵੀ ਉਹ ਕਿਵੇਂ ਲੈਣਾ। ਸੋ ਹੁਣ ਕਲਾਸ 7 ਬੇਸਿਕ ਦਾ ਲਾਇਸੈਂਸ ਲੈ ਲਿਆ ਆਪਾਂ ਘਰ ਆ ਗਏ, ਹੁਣ ਆਪਾਂ ਸਿੱਧੇ ਗੱਡੀ ਨਹੀਂ ਚਲਾ ਸਕਦੇ। ਇਹ ਤਾਂ ਆਪਾਂ ਨੂੰ ਕੀ ਹੈ, ਆਪਾਂ ਸਿਰਫ ਗੱਡੀ ਸਿੱਖਣ ਦਾ ਲਾਇਸੈਂਸ ਮਿਲਿਆ, ਆਪਾਂ ਇਕੱਲੇ ਗੱਡੀ ਨਹੀਂ ਚਲਾ ਸਕਦੇ। ਇਟ ਡਜ਼ ਨੋਟ ਮੈਟਰ ਕਿ ਆਪਾਂ ਨੂੰ ਗੱਡੀ ਆਉਂਦੀ ਹੈ ਨਹੀਂ ਆਉਂਦੀ। ਸੋ ਆਪਾਂ ਨੂੰ ਕੋਈ ਐਡਵਾਂਸ ਲਾਇਸੈਂਸ ਕਲਾਸ ਦਾ ਡਰਾਈਵਰ ਆਪਣੇ ਨਾਲ ਚਾਹੀਦਾ ਜੇ ਗੱਡੀ ਚਲਾਉਣੀ ਹੈ। ਸੋ ਕਲਾਸ 7 ਦਾ ਲਾਇਸੈਂਸ ਜਦੋਂ ਆਪਾਂ ਲੈਣ ਤੋਂ ਬਾਅਦ, ਆਪਾਂ ਨੂੰ ਹੁਣ ਮੰਨ ਲਓ ਵੀ 1 ਸਾਲ ਹੋ ਗਿਆ ਘੱਟੋ ਘੱਟ, ਤਾਂ ਉਸ ਤੋਂ ਜਿਹੜੀ ਅਗਲੀ ਕੈਟਾਗਰੀ ਹੈ ਜਿਹੜਾ ਆਪਾਂ ਨੂੰ ਲਾਇਸੈਂਸ ਮਿਲਣਾ ਗਾ ਜਾਂ ਲੈ ਸਕਦੇ ਹਾਂ, ਉਹ ਹੈਗੀ ਕਲਾਸ 5 GDL। ਕਲਾਸ 5 GDL ਲਾਇਸੈਂਸ ਦੇ ਵਿੱਚ ਕੀ ਆ, ਇਹਦੇ ਵਿੱਚ ਤੁਸੀਂ ਇਕੱਲੇ ਗੱਡੀ ਚਲਾ ਸਕਦੇ ਹੋ, ਪਰ ਇਹਦੇ ਵਿੱਚ ਵੀ ਕਈ ਲਿਮਿਟਾਂ ਨੇ। ਅਤੇ ਸਭ ਤੋਂ ਪਹਿਲਾਂ ਇਸ ਲਾਇਸੈਂਸ ਦੀ ਜਿਹੜੀ ਕੋਸਟ ਹੈ ਉਹ ਹੈਗੀ ਆ $83, ਹੈ ਨਾ। ਸੋ $83 ਦੇ ਕੇ ਤੁਹਾਨੂੰ ਕੀ ਆ, ਇੱਕ ਰੋਡ ਟੈਸਟ ਪਾਸ ਕਰਨਾ ਪੈਂਦਾ। ਸੋ ਉਹ ਰੋਡ ਟੈਸਟ ਕਿਵੇਂ ਹੁੰਦਾ, ਵੀ ਤੁਹਾਡੇ ਨਾਲ ਇੰਸਟ੍ਰਕਟਰ ਬੈਠਦਾ, ਗੋਰਾ, ਚੀਨਾ ਜਾਂ ਆਪਣਾ ਪੰਜਾਬੀ ਬੰਦਾ, ਹਿੰਦੀ ਕੋਈ ਵੀ ਆ, ਉਹ ਫਿਰ ਤੁਹਾਨੂੰ ਰੋਡ 'ਤੇ ਲੈ ਕੇ ਜਾਂਦਾ। ਉਹ ਤੁਹਾਨੂੰ ਦੱਸਦਾ ਵੀ, ਤੁਹਾਨੂੰ ਬੇਸਿਕਲੀ ਗਾਈਡ ਉਹ ਕਰਦਾ ਵੀ ਕਿੱਥੇ ਜਾਣਾ, ਕਿੱਧਰ ਨੂੰ ਜਾਣਾ, ਲੈਫਟ ਕਰਨਾ ਕਿ ਰਾਈਟ ਕਰਨਾ। ਅਗਰ ਤੁਸੀਂ ਉਹਦੇ ਅਨੁਸਾਰ ਟੈਸਟ ਪਾਸ ਕਰ ਲਿਆ, ਠੀਕ ਹੈ, ਰੈੱਡ ਲਾਈਟਾਂ ਕ੍ਰੋਸ ਨਹੀਂ ਕੀਤੀਆਂ,
मोस्टली हो जाता। अगर तुसी ओदे दसे होने मतलब कि रस्ते अनुसार ते नहीं गए, ठीक है, फॉर एग्जाम्पल मैं अपनी गल दसदा, जो मैं अपना क्लास फाइव का लाइसेंस लैना सीगा, ता क्लास फाइव जी डी एल का लाइसेंस लैना सीगा, तो मेरे नाल की हो गया, मैं मोस्टली ना पंजाबी दे विच जो खब्बा सज्जा कोई कह दे खब्बे मुड़ना सज्जे मुड़ना, मैं कन्फ्यूज हो जाता सी। सो वह बंदा पंजाबी सी इंस्ट्रक्टर, तो उन्हें मैंने कहा भी तू खब्बे मोड़ना अगे जाके, तो मैं अगे मोड़ ली सज्जे। तो बेसिकली वो कंप्लीट फेल आ। सो मैं अपना जो टैसट सीगा फेल कर गया सी। सो सैकेंड टाइम तो मैं टैसट पास कर लिया सी। ये की आ हुण जो जो तुसी मान लो टैसट पास कर लिया क्लास फाइव बेसिक का, तो ये भी सम रिस्ट्रिक्शनस है ने, इट्स नॉट अ कंप्लीट लाइसेंस। ये की आ भी तुसी रूट पास करन तो बाद तुहाडी लिमिटेशन ये होंदी आ भी तुसी रात दे 12 बजे तो लैके सुबह दे 5 बजे तक तुसी गड्डी नहीं चला सकते, तो ना ही तुसी किसी होर नूं गड्डी सिखा सकते हो। तो तुसी गड्डी कैड़ी चला सकते हो, ये सिर्फ कार आती है, मोटरसाइकिल नहीं, कोई टैक्सी नहीं, कोई कुछ नहीं, ठीक है, सिर्फ तुसी अपनी कार चला सकते हो, वह भी सुबह 5 बजे तो लैके रात दे 12 बजे तक, ये लिमिट है। तो इस लाइसेंस के जिहड़े पॉइंट्स ने वह सिर्फ 8 पॉइंट्स होंगे ने, जिहड़े कि लूज़ करने बहुत कि मिनटां दी गल हुंदी है, इन्नी छेती लूज़ हो जाते हैं। लूज़ किवें हुंदे ने, वह इदां अगर तुसीं स्पीडिंग करते फड़े गए जां तुहाडी किसी ने कंप्लेंट करती भी ये ड्राइवर डिस्ट्रैक्टिव ड्राइवर आ, तो पुलिस वाले ने तुहानूं टिक दे देनी आ, जिहदे नाल कि तुहाडे 8 पॉइंट ने जे लूज़ हो जाने, 8 पॉइंट तो बाद तुहाडा लाइसेंस सस्पेंड हो जाना, फिर तुहानूं साल बाद फिर ना दोबारा तो नवा लाइसेंस लेना पैना। सो हुण अगे आपां गल करदे हां क्लास फाइव एडवांस लाइसेंस। सो क्लास फाइव एडवांस लाइसेंस जिहड़ा वह लैण दा की प्रोसीजर आ, सब तो पहला तो की आ, क्लास फाइव जी डी एल जिहनूं लर्नर लाइसेंस बोलते, क्लास फाइव लर्नर लाइसेंस तुहाडे कोल घट्टो घट्ट 2 साल लई होना जरूरी है। सो अगर तुहाडे कोल क्लास फाइव जी डी एल लर्नर लाइसेंस 2 साल तो है, तो तुसीं क्लास फाइव एडवांस का लाइसेंस लै सकते हो। सो वह लैन लई तुहानूं रजिस्ट्री ऑफिस जाके एक रोड टैसट बुक कराना पैंदा। सो वह रोड टैसट की फीस हैगी $138। सो रोड टैसट किवें हुंदा, अगेन पहला वांगू रोड टैसट तुहाडे नाल इंस्ट्रक्टर बैठूगा, बेसिकली उन्हें तुहाडी नॉलेज चैक करनी है भी तुहानूं रूल्स वगैरह सारे पता, ठीक है, तो उन्हें ही तुहानूं रस्ता गाइड करना, खब्बे मुड़ना, सज्जे मुड़ना, सीधे जाना, रोड मर्ज कदों करनी है, ठीक है। अगर तुसीं उहदी गाइडलाइन के अनुसार गड्डी चलाई गए तो तुहाडा टैसट हो जाएगा पास, ठीक है, नहीं पास होया तो फिर दोबारा दे सकते हो। सो इहदी फीस $138। तो पास करन तो बाद तुहानूं अपने अखां का टैसट भी कराना पैंदा, जाने कि वह नज़र उन्होंने चैक करनी, उन्हों को उत्थे मशीन होंगी है, उत्थे चैक कर लेंगे ने, अगर तुहानूं ऐनकां की जरूरत है जां तुहाडे लगी हुई है, मेक श्योर कि तुसीं अपनियां ऐनकां ग्लासिस उत्थे नाल लैके जाओ, जे नहीं हैगा तो उन्होंने घर वापस भेज देना, फिर थोड़ा अगले दिन अपॉइंटमेंट दोबारा बनानी पैंदी है। पंजा लास्ट के कैटेगरी हैगी है वह हैगी क्लास वन ड्राइवरस लाइसेंस। सो क्लास वन ड्राइवरस लाइसेंस जिहड़ा हैगा एक फुली फ्लैज लाइसेंस अपने आप दे विच, इहनूं प्रोफेसनल लाइसेंस भी कहा जाता। सो इस लाइसेंस दे विच तुसी की ऑपरेट कर सकते हो, इस लाइसेंस दे नाल तुसी गड्डी तो गड्डी हैगी है वह चलावेंगी, इस तों इलावा आप स्कूल बस वैन ट्रक जां छोटे ट्रक है ना, ये सारा कुछ तुसी चला सकते हो, इट मीनस ए प्रोफेसनल लाइसेंस आ। पर यह प्रोफेसनल लाइसेंस दे विच तुहाडी रिस्पोंसिबिलिटी बहुत ही ज़्यादा होंदी है, ठीक है जी, जिन्ना वड्डा जिनी वड्डी पावर तुहानूं दित्ती जांदी है उन्ना ही खतरा हुंदा उहनूं छेती लूज़ करन दा। सो यह लाइसेंस दे विच पहली रिस्पोंसिबिलिटी की है, तुहानूं हर एक साल जाके डॉक्टर तो अपना मैडिकल चैकअप करवाउणा पैंदा। मैडिकल चैकअप करवाउण दा मतलब यह हुंदा कि उह देखना चाहुंदे आ वी तुसी फिजिकली फिट हो, ठीक है, कहने तो भाव भी थोड़ा कोई डायबिटीज़ या हार्ट अटैक की प्रॉब्लम, माइग्रेन या कुछ इदा की कोई फिजिकल डिसएबिलिटी तो नहीं हैगी भी, जो कि कल वो थोड़ा कोई बस फड़ा देन लंबे रूट पर भेजन लिए, ट्रक फड़ा देन वैनकूवर जाने भी, तुसी लगातार 10 घंटे या लोंग ड्राइव पर विदाउट एनी फिजिकल प्रॉब्लम जा सकते हो कि नहीं, ठीक है जी। हुण कई बार केस हो जाते हैं भी कोई बंदा ट्रक ड्राइवर गड्डी ट्रक लेके जा रहा रस्ते च उन्हें हार्ट अटैक आ गया, बेचारा डैथ हो गई उहदी हार्ट अटैक नाल, ट्रक तो हुण एड्डी वड्डी मशीन आ उह है ना, कोई लाइट गड्डी तो है नहीं, वज के रुक चुके ना आउण तो 15-20 गड्डियां नाल लैके जानियां।
ਸੋ ਉੱਥੇ ਨੁਕਸਾਨ ਹੋ ਜਾਂਦਾ ਸੋ ਇਸੇ ਕਰਕੇ ਹਰ ਸਾਲ ਉਹ ਤੁਹਾਨੂੰ ਕਹਿੰਦੇ ਵੀ ਆਪਣਾ ਮੈਡੀਕਲ ਚੈੱਕਅਪ ਕਰਵਾਓ ਤਾਂ ਜੋ ਤੁਸੀਂ ਵੀ ਸੇਫ ਰਹੋ ਅਤੇ ਸੜਕਾਂ 'ਤੇ ਹੋਰ ਬੰਦੇ ਵੀ ਸੇਫ ਰਹਿਣ ਸੋ ਇਹ ਸੀਗੀ ਮੇਰੀ ਨੌਲੇਜ ਠੀਕ ਹੈ ਜੀ ਅੱਜ ਦੇ ਵਲੋਗ ਦੇ ਵਿੱਚ ਜਿੰਨਾ ਕੁ ਮੈਨੂੰ ਪਤਾ ਸੀਗਾ ਮੈਂ ਤੁਹਾਨੂੰ ਦੱਸਤਾ ਅਤੇ ਬਾਕੀ ਅਗਰ ਤੁਹਾਨੂੰ ਵੀ ਕੋਈ ਨੌਲੇਜ ਹੈਗੀ ਆ ਹੈ ਨਾ ਤੁਸੀਂ ਕਮੈਂਟ ਦੇ ਵਿੱਚ ਆਪਣੇ ਵਿਊਜ਼ ਦੇ ਸਕਦੇ ਹੋ ਜੇ ਮੇਰੀ ਵੀਡੀਓ ਤੁਹਾਨੂੰ ਵਧੀਆ ਵੀ ਲੱਗੀ ਹੋਵੇ ਹੈ ਨਾ ਲਾਈਕ ਅਤੇ ਸ਼ੇਅਰ ਕਰੋ ਅਤੇ ਮੇਰਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਸਾਡੇ ਨਾਲ ਬਣੇ ਰਿਹਾ ਕਰੋ ਅਤੇ ਬੈੱਲ ਆਈਕਨ ਨੂੰ ਜ਼ਰੂਰ ਦੱਬਿਓ ਤਾਂ ਜੋ ਤੁਹਾਨੂੰ ਸਾਰੀ ਨੋਟੀਫਿਕੇਸ਼ਨ ਸਾਡੀ ਨਵੀਆਂ ਵੀਡੀਓ ਦੀ ਤੁਹਾਨੂੰ ਮਿਲਦੀ ਰਹੇ ਅਤੇ ਕੋਈ ਵੀਡੀਓ ਤੁਸੀਂ ਮਿਸ ਨਾ ਕਰ ਸਕੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ।